ਅੰਟੋਰੀਓ ਦੀਆਂ ਅਸੈਂਬਲੀ ਚੋਣਾਂ ਦੇ ਅੰਦਰ ਇਸ ਵਾਰ 7 ਪੰਜਾਬੀਆਂ ਨੇ ਬਾਜ਼ੀ ਮਾਰੀ ਹੈ, ਯਾਨੀ ਕਿ MPP ਦੀ ਚੋਣ ਜਿੱਤੀ ਹੈ। ਇਸ ਵੇਲੇ ਸਾਡੇ ਨਾਲ ਬ੍ਰੈਂਪਟਨ ਸਾਊਥ ਤੋਂ ਚੋਣ ਜਿੱਤਣ ਵਾਲੇ ਪ੍ਰਭਮੀਤ ਸਿੰਘ ਸਰਕਾਰੀਆ ਮੌਜੂਦ ਨੇ, ਜਿਨ੍ਹਾਂ ਨੇ ਕਿ ਬ੍ਰੈਂਪਟਨ ਸਾਊਥ ਤੋਂ MPP ਦੀ ਚੋਣ ਜਿੱਤੀ ਹੈ, ਜਗਬਾਣੀ 'ਤੇ ਗੱਲਬਾਤ ਕਰਨ ਦੇ ਲਈ ਮੌਜੂਦ ਨੇ। ਪ੍ਰਭਮੀਤ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਜੀ, ਸਾਰੇ ਵੇਖ ਰਹੇ ਦਰਸ਼ਕਾਂ ਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਤੁਹਾਨੂੰ ਜੀ ਆਇਆਂ ਨੂੰ, ਜੋ ਤੁਸੀਂ ਪੰਜਾਬ ਤੋਂ ਚੱਲ ਕੇ ਇੱਥੇ ਕੈਨੇਡਾ ਆਏ ਹੈ, ਸੋ ਜੀ ਆਇਆਂ ਨੂੰ ਜੀ। ਪ੍ਰਮਿਤ, ਮੈਂ ਚਾਹੂੰਗਾ ਕਿ ਤੁਸੀਂ ਹਾਲ ਹੀ 'ਚ MPP ਬਣੇ ਹੋ, ਮੇਰੇ ਖਿਆਲ ਪਹਿਲੀ ਤੁਹਾਡੀ ਇਹ ਇਲੈਕਸ਼ਨ ਹੈਗੀ ਸੀ। ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਪੰਜਾਬ ਤੋਂ ਤੁਹਾਡੀ ਫੈਮਿਲੀ ਦਾ ਬੈਕਗ੍ਰਾਊਂਡ ਕਿੱਥੋਂ ਦਾ ਹੈਗਾ, ਤੁਹਾਡੀ ਕੁਆਲੀਫਿਕੇਸ਼ਨ ਕਿੱਥੋਂ ਦੀ ਹੈਗੀ ਹੈ? ਹਾਂਜੀ, ਫੈਮਿਲੀ ਜੋ ਮੇਰੇ ਫਾਦਰ ਸਾਹਿਬ ਅੰਮ੍ਰਿਤਸਰ ਤੋਂ ਸੀਗੇ, ਪਿੰਡ ਸਾਡਾ ਗੁਮਟਾਲਾ ਆ ਜੀ, ਰਾਜਾ ਸੰਸੀ ਦੇ ਏਅਰਪੋਰਟ 'ਤੇ ਥੋੜ੍ਹਾ ਜਿਹਾ ਆਪਣੇ ਦੂਰ ਸਾਡੀ ਕੋਠੀ ਆ, ਇਸ ਵਕਤ ਉੱਥੇ ਅੰਮ੍ਰਿਤਸਰ ਦੇ ਵਿੱਚ ਹੀ ਆ ਜੀ, ਸੈਂਟਰਲ ਜੇ ਅੰਮ੍ਰਿਤਸਰ ਦੇ ਸਾਹਮਣੇ। ਅਤੇ ਕੁਆਲੀਫਿਕੇਸ਼ਨ ਜੀ, ਅਸੀਂ ਐਜ਼ ਅ ਲੋਇਰ ਕੰਮ ਕਰ ਰਿਹਾ ਜੀ। ਮੈਂ ਪਹਿਲਾਂ ਮੈਂ ਆਪਣੀ BBA ਪ੍ਰਾਪਤ ਕੀਤੀ ਸੀ ਫਾਈਨੈਂਸ ਦੇ ਵਿੱਚ, ਫਿਰ ਮੈਂ TD ਸਿਕਿਉਰਟੀਜ਼ ਜੋ ਕਿ ਡਾਊਨਟਾਊਨ ਟੋਰਾਂਟੋ ਵਿੱਚ ਬਹੁਤ ਵੱਡਾ ਬੈਂਕ, ਉਹਦੇ ਵਿੱਚ ਮੈਂ ਕੰਮ ਕੀਤਾ ਸੀਗਾ। ਉਹਦੇ ਵਿੱਚ ਜਿਹੜੇ ਆਪਣੇ ਬੌਂਡਸ ਹੁੰਦੇ ਆ ਉਹਨਾਂ ਦੇ ਐਨਲਿਸਟ, ਟ੍ਰੇਡ ਸਪੋਰਟ ਐਨਲਿਸਟ ਸੀਗਾ ਜੀ ਮੈਂ। ਉਸ ਤੋਂ ਬਾਅਦ ਫਿਰ ਮੈਂ ਥੋੜ੍ਹਾ ਚਿਰ ਆਪਣੀ ਸਟੱਡੀ ਲਾਈਨ ਚੇਂਜ ਕਰ ਲਈ ਸੀ, ਮੈਂ ਵਕਾਲਤ ਵਿੱਚ ਆਪਣੀ ਐਡਮਿਸ਼ਨ ਲੈ ਲਈ ਸੀ, ਸਟੱਡੀ ਲਾਅ ਐਂਡ ਦੈਨ ਵਰਕਡ ਫੋਰ ਮਿਲਰ ਥਾਮਸਨ LLP, ਜੋ ਕਿ ਕੈਨੇਡਾ ਦਾ ਇੱਕ ਵਨ ਆਫ ਦਾ ਲਾਰਜੈਸਟ ਲਾਅ ਫਰਮਸ ਗਿਣਿਆ ਜਾਂਦਾ। ਅਤੇ ਕਾਰਪੋਰੇਟ ਲਾਅ ਦੇ ਵਿੱਚ ਆਪਾਂ ਪ੍ਰੈਕਟਿਸ ਕੀਤੀ ਸੀਗੀ, ਅਤੇ ਉਸ ਤੋਂ ਬਾਅਦ ਫਿਰ ਸੋਚਿਆ ਵੀ ਪੋਲੀਟਿਕਸ ਵਿੱਚ। ਇੱਕ ਵਕੀਲ ਨੂੰ ਪੋਲੀਟਿਕਸ ਦਾ ਇੰਟਰਸਟ ਕਿੱਦਾਂ ਪੈਦਾ ਹੋ ਗਿਆ? ਵੈਸੇ ਚੀਜ਼ਾਂ ਸਿਮਿਲਰ ਹੈਗੀਆਂ ਨੇ, ਪੋਲੀਟੀਸ਼ੀਅਨ ਨੂੰ ਬਾਅਦ 'ਚ ਵਕੀਲ ਦੀ ਜ਼ਰੂਰਤ ਪੈਂਦੀ ਹੈ, ਪਰ ਇੱਕ ਵਕੀਲ ਨੂੰ ਪੋਲੀਟਿਕਸ ਦੀ ਲੋੜ ਕਿਉਂ ਪਈ? ਇਹ ਜੀ, ਹਮੇਸ਼ਾ ਜੀ ਮੈਂ ਆਪਣੇ ਆਪ ਨੂੰ ਕਮਿਊਨਿਟੀ ਵਿੱਚ ਇਨਵੋਲਵਮੈਂਟ ਰੱਖਦਾ ਸੀਗਾ, ਅਤੇ ਜ਼ਰੂਰ ਮੇਰੀ ਆਸ ਹੈਗੀ ਸੀ ਵੀ ਕਮਿਊਨਿਟੀ ਦੇ ਕੰਮ ਆਪਾਂ ਜਾ ਕੇ ਕਰੀਏ। ਅਤੇ ਜਦੋਂ ਅਸੀਂ ਵਕੀਲ ਦੀ ਵਰਕ ਜਦੋਂ ਵੇਖਦੇ ਹਾਂ ਤਾਂ ਵੈਰੀ ਸਿਮਿਲਰ ਹੁੰਦਾ ਜੀ, ਜਦੋਂ ਆਪਾਂ ਲੈਜਿਸਲੇਚਰ ਜਿਹਨੂੰ ਕਹਿੰਦੇ ਇੱਥੇ ਕੁਈਨਸ ਪਾਰਕ ਕਹਿੰਦੇ, ਉੱਥੇ ਜਾ ਕੇ ਜਿਹੜੇ ਆਪਾਂ ਬਿੱਲ ਪਾਸ ਕਰਨੇ ਹੁੰਦੇ ਆ, ਬਿੱਲ ਦੇ ਉੱਤੇ ਰੀਸਰਚ ਕਰਨੀ ਹੁੰਦੀ, ਜਦੋਂ ਵਕੀਲ ਦੀ ਅਸੀਂ ਪੜ੍ਹਾਈ ਕਰਦੇ ਹਾਂ ਜਾਂ ਅਸੀਂ ਕਲਾਇੰਟ ਨੂੰ ਵੇਖਦੇ ਹਾਂ, ਅਸੀਂ ਹਰ ਚੀਜ਼ ਨੂੰ ਵੇਖੀਦਾ, ਅਸੀਂ ਹਰ ਚੀਜ਼ ਨੂੰ ਸਟੱਡੀ ਕਰੀਦਾ, ਹਰ ਚੀਜ਼ ਨੂੰ ਰੀਸਰਚ ਕਰੀਦਾ, ਅਤੇ ਫਿਰ ਆਪਾਂ ਜਦੋਂ ਵਕੀਲ ਦੇ ਅਸੀਂ ਇਸ ਰਾਹੀਂ ਅਸੀਂ ਕਲਾਇੰਟ ਨੂੰ ਆਪਣਾ ਆਪਣੀ ਐਨਾਲਿਸਿਸ ਦਿੰਦੇ ਹਾਂ, ਉਹੀ ਆਪਾਂ ਜਦੋਂ ਪੋਲੀਟਿਕਸ ਜਾਈਦਾ ਉਹੀ ਆਪਾਂ ਕਰੀਦਾ ਵੀ ਪ੍ਰੋਬਲਮ ਨੂੰ ਵੇਖ ਕੇ, ਚਾਹੇ ਆਪਾਂ ਹੈਲਥ ਕੇਅਰ ਦੀ ਐਜੂਕੇਸ਼ਨ ਦੀ ਗੱਲ ਵੇਖੀ, ਉਹਨੂੰ ਸਾਰਾ ਵੱਡੀ ਪਿਕਚਰ ਲੈ ਕੇ ਉਹਦੇ ਪ੍ਰੋਬਲਮਸ ਲੱਭ ਕੇ ਫਿਰ ਸਲਿਊਸ਼ਨਾਂ ਲਿਆਈਆਂ ਅਤੇ ਬਿੱਲ ਪੇਸ਼ ਕਰੀਦੇ ਆ। ਸੋ ਆਈ ਥਿੰਕ ਦ ਸਿਨਰਜੀਜ਼ ਬਿਟਵੀਨ ਦ ਟੂ ਆਰ ਵੈਰੀ ਸਿਮਿਲਰ ਐਂਡ ਦੈਟਸ ਵਾਈ ਅ ਲੋਟ ਆਫ ਲੋਇਰਸ ਐਂਡ ਆਰ ਬੀਕਮਿੰਗ ਪੋਲੀਟਿਸ਼ੀਅਨ। ਜਿਸ ਤਰ੍ਹਾਂ ਤੁਸੀਂ ਇੱਥੇ MPP ਬਣੇ ਹੋ, ਜਦੋਂ ਸਟੇਟ ਦਾ ਇਲੈਕਸ਼ਨ ਹੁੰਦਾ ਪੰਜਾਬ ਦੇ ਅੰਦਰ, MLA ਦੀ ਚੋਣ ਹੁੰਦੀ ਹੈ, MLA ਦੇ ਕੰਮਾਂ ਬਾਰੇ ਤਾਂ ਮੇਰੇ ਖਿਆਲ ਸਾਰੇ ਪੰਜਾਬੀ ਜਾਣਦੇ ਆ, ਪਰ ਤੁਸੀਂ ਜ਼ਰਾ MPP ਦੇ ਬਾਰੇ ਤਫਸੀਲ ਕਰੋ ਕਿ MPP ਦਾ ਜਿਹੜਾ ਵਰਕ ਕਲਚਰ ਹੁੰਦਾ ਉਹ ਕਿੱਦਾਂ ਦਾ ਹੁੰਦਾ? ਹਾਂਜੀ ਜੀ, MPP ਜੀ ਇੱਥੇ ਬੇਸਿਕਲੀ ਜਿੱਦਾਂ ਆਪਣਾ ਇੰਡੀਆ ਦਾ ਸਟਰਕਚਰ ਆਲਮੋਸਟ ਸੇਮ ਹੀ ਆ ਜੀ, ਉੱਥੇ MLA ਕਹਿੰਦੇ ਜੀ, ਇੱਥੇ MPP ਕਹਿੰਦੇ ਆ, ਪਰ ਜਿਹੜੀ ਸਾਡੀ ਮੇਨ ਫੋਕਸ ਹੁੰਦੀ ਆ ਜੀ ਇੱਥੇ ਪ੍ਰੋਵਿੰਸ਼ਲੀ ਅੰਟੇਰੀਓ ਜਿੱਥੇ ਆਪਾਂ ਕਹਿ ਲਓ, ਇਹ ਹੁੰਦੀ ਹੈ ਜੀ ਆਪਣੀ ਹੈਲਥ ਕੇਅਰ, ਜਿੰਨੀ ਹੈਲਥ ਕੇਅਰ ਦੀ ਆਪਣੀ ਸਪੈਂਡਿੰਗ ਹੁੰਦੀ ਆ ਉਹ ਸਾਡੇ ਹੱਥ ਵਿੱਚ ਹੁੰਦੀ ਆ, ਤੁਸੀਂ ਐਜੂਕੇਸ਼ਨ ਉਹ ਵੀ ਸਾਰੀ ਆਪਣੇ ਹੱਥ ਵਿੱਚ ਹੁੰਦੀ ਆ, ਤੁਸੀਂ ਟੈਕਸ ਦੇ ਮੁੱਦੇ ਲਾ ਲਓ, ਜਿਹੜੇ ਪ੍ਰੋਵਿੰਸ਼ਲ ਬੇਸਡ ਟੈਕਸਿਸ ਹੁੰਦੇ ਆ ਉਹਨਾਂ ਵਿੱਚੋਂ ਸਾਡੀ ਉਸ ਲੈਵਲ ਦੇ ਉੱਤੇ, ਸੜਕਾਂ ਦੀ ਗੱਲ ਕਰੋ, ਇਨਫਰਾਸਟਰਕਚਰ, ਰੋਡਸ, ਇਹ ਜਿਹੜੀ ਸਾਰੇ ਪੋਰਟਫੋਲੀਓ ਹੈਗੀ ਆ ਜੀ, ਇਹ ਆਪਣੇ MPP ਉਹਨਾਂ ਦੀ ਆਪਣੀ ਜਿਹੜੀ ਜੁਰਿਸਡਿਕਸ਼ਨ ਉਹਨਾਂ ਦੇ ਥੱਲੇ ਆਉਂਦੇ ਆ। ਸੋ ਸਪੈਂਡਿੰਗ ਕਿੱਥੇ ਕਰਨੀ ਆ, ਕਿੱਥੇ ਪ੍ਰੋਜੈਕਟਸ ਲਿਆਉਣੇ ਆ, ਕਿੱਥੇ ਆਪਾਂ ਯੂਨੀਵਰਸਿਟੀਜ਼ ਬਣਾਉਣੀਆਂ, ਕਿੱਥੇ ਫੰਡਿੰਗ ਜ਼ਿਆਦਾ ਦੇਣੀ ਆ, ਉਹ ਸਾਰੇ ਫਿਰ MPP ਦੇ ਥੱਲੇ ਆਉਂਦੇ ਆ ਜੀ। ਵੈਸੇ ਪੰਜਾਬ ਦੀ ਔਰ ਇੱਥੋਂ ਦੀ ਪੋਲੀਟਿਕਸ ਦੇ ਅੰਦਰ ਇੱਕ ਵੱਡਾ ਡਿਫਰੈਂਸ ਹੈਗਾ, ਮੋਟੇ ਤੌਰ 'ਤੇ ਪ੍ਰਭਮੀ ਤੁਹਾਨੂੰ ਕੀ ਲੱਗਦੀਆਂ, ਤੁਸੀਂ ਪੰਜਾਬ ਜਾਂਦੇ ਰਹਿੰਦੇ ਹੋਵੋਗੇ, ਪੰਜਾਬ ਦੀ ਪੋਲੀਟਿਕਸ ਦੇ ਅੰਦਰ ਤੁਹਾਨੂੰ ਕੀ ਲੱਗਦਾ, ਇੱਥੋਂ ਦੇ ਕੰਪੈਰੀਜ਼ਨ ਕਰੀਏ ਤਾਂ ਕਿਹੜੀਆਂ ਚੀਜ਼ਾਂ ਦੇ ਸੁਧਾਰ ਦੀ ਲੋੜ ਹੈਗੀ ਹੈ? ਵੇਖੋ ਜੀ, ਮੈਨੂੰ ਐਕਚੁਲੀ ਪੰਜਾਬ ਮੈਂ ਜਾਂਦਾ ਹੁੰਦਾ ਜੀ, ਉੱਥੋਂ ਦੀ ਪੋਲੀਟਿਕਸ ਦਾ ਮੈਨੂੰ ਪੂਰਾ ਇੰਨਾ ਜ਼ਿਆਦਾ ਪਤਾ ਨਹੀਂ, ਸੋ ਮੈਨੂੰ ਇਸ ਚੀਜ਼ ਉੱਤੇ ਕਮੈਂਟ ਕਰਨਾ ਥੋੜ੍ਹਾ ਜਿਹਾ ਡਿਫਰੈਂਟ ਹੋਊ। ਪੰਜਾਬ ਦੀ ਚੰਗੀ ਚੀਜ਼ ਕਿਹੜੀ ਲੱਗਦੀ ਹੈ ਤੁਹਾਨੂੰ? ਉੱਥੋਂ ਦੇ ਲੋਕ ਜੀ, ਕਲਚਰ, ਆਪਣਾ ਪੰਜਾਬੀ ਕਲਚਰ ਬਹੁਤ ਵਧੀਆ ਲੱਗਦਾ ਜੀ। ਉੱਥੇ ਜਦੋਂ ਜਾਈਦਾ ਅਸੀਂ ਆਪਣੀ ਫੈਮਿਲੀ ਨੂੰ ਮਿਲੀਦਾ, ਪੇਰੈਂਟਸ ਜਾਂ ਆਪਣੇ ਫੈਮਿਲੀ, ਉਹਦੇ ਵਿੱਚ ਉੱਥੇ ਜਦੋਂ ਅਸੀਂ ਅੰਮ੍ਰਿਤਸਰ ਜਾਂਦੇ ਆਪਣੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ, ਸੋ ਉੱਥੇ ਬਹੁਤ ਪਿਆਰ ਮਿਲਦਾ ਜੀ, ਬਹੁਤ ਖੁਸ਼ੀ ਹੁੰਦੀ ਉੱਥੇ ਜਾ ਕੇ ਵੀ ਜਿੱਥੇ ਸਾਡੇ ਫਾਦਰ ਸਾਹਿਬ ਅਤੇ ਮੇਰੇ ਮਦਰ ਕਿੱਥੇ ਗਰੋ ਅਪ ਹੋਏ ਸੀ ਉਹ ਵੇਖਣਾ, ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਵੀ ਜਦੋਂ ਸਾਡੇ ਪੇਰੈਂਟਸ ਅਸੀਂ ਵਾਪਸ ਜਾਂਦੇ ਹਾਂ ਵੀ ਸਾਡੇ ਪੇਰੈਂਟਸ ਕਿੱਥੇ ਰਹਿੰਦੇ ਹੁੰਦੇ ਸੀਗੇ ਅਤੇ ਹੁਣ ਅਸੀਂ ਇੱਥੇ ਕੈਨੇਡਾ ਆਏ ਹਾਂ, ਸੋ ਉਹ ਨਹੀਂ ਕਦੀ ਭੁੱਲੀਦਾ ਜੀ।
ਬ੍ਰੈਂਪਟਨ ਸਾਊਥ ਨੂੰ ਲੈ ਕੇ ਤੁਹਾਡੇ ਕੀ ਗੋਲਸ ਹੈਗੇ ਨੇ? ਤੁਸੀਂ ਪ੍ਰੋਮਿਸਸ ਬਹੁਤ ਕੀਤੇ ਹੋਣਗੇ ਪਹਿਲਾਂ ਇਲੈਕਸ਼ਨ ਤੋਂ, ਹੁਣ ਤੁਹਾਡਾ ਟੀਚਾ ਕੀ ਹੈ? ਸਭ ਤੋਂ ਪਹਿਲਾਂ ਜੀ ਲੋਕਾਂ ਦੀ ਆਵਾਜ਼ ਜੋ ਹੈਗੀ ਆ ਉਹ ਕੁਈਨਸ ਪਾਰਕ ਤੱਕ ਪਹੁੰਚਾਉਣੀ, ਅਤੇ ਜਦੋਂ ਅਸੀਂ ਪਿਛਲੇ 15 ਸਾਲਾਂ ਦਾ ਵੇਖਿਆ ਸੀ ਅਤੇ ਜੋ ਆਂਟਰੀਓ ਉਧਰੋਂ ਸਰਕਾਰ ਰਾਜ ਕਰਦੀ ਆ ਰਹੀ ਸੀਗੀ, ਹਰ ਇੱਕ ਜਦੋਂ ਅਸੀਂ ਘਰ ਜਾਈਦਾ ਸੀ, ਜਦੋਂ ਅਸੀਂ ਆਪਣਾ ਚੋਣ ਪ੍ਰਚਾਰ ਕਰੀਦਾ ਸੀਗਾ, ਲੋਕਾਂ ਦੇ ਵਿੱਚ ਇਹ ਜ਼ਰੂਰ ਸੀਗਾ ਵੀ ਸਰਕਾਰ ਲੋਕਾਂ ਨੂੰ ਭੁੱਲ ਚੁੱਕੀ ਆ। ਅਤੇ 7 ਜੂਨ ਨੂੰ ਲੋਕਾਂ ਨੇ ਬਹੁਤ ਵੱਡਾ ਫੈਸਲਾ ਦਿੱਤਾ ਸੀਗਾ ਜੀ ਵੀ ਜਿਹੜੀ ਸਰਕਾਰ ਲੋਕਾਂ ਨੂੰ ਭੁੱਲ ਜਾਂਦੀ, ਲੋਕ ਵੀ ਉਹਨਾਂ ਨੂੰ ਫਿਰ ਬਹੁਤ ਛੇਤੀ ਭੁੱਲ ਜਾਂਦੇ, ਅਤੇ ਬਹੁਤ ਵੱਡਾ ਮੈਸੇਜ ਉਹਨਾਂ ਨੂੰ ਚੱਲ ਗਿਆ ਸੀ। ਤਾਂ ਇਹ ਵੀ ਸਾਡੇ ਲਈ ਵੀ ਬਹੁਤ ਸੋਚਣ ਵਾਲੀ ਗੱਲ ਹੈ ਵੀ ਜਦੋਂ ਅਸੀਂ ਕੰਮ ਕਰਨੇ ਹਮੇਸ਼ਾ ਲੋਕਾਂ ਦੀ ਭਲੇ ਲਈ ਕਰਨੇ ਆ, ਲੋਕਾਂ ਦੀ ਆਵਾਜ਼ ਜੋ ਹੈ ਉਹ ਕੁਈਨਸ ਪਾਰਕ ਤੱਕ ਪਹੁੰਚਾਈ ਜਾਵੇ ਅਤੇ ਕੰਮ ਕਰ ਸਕੀਏ, ਜਿਹੜੇ ਕੰਮ ਆਪਾਂ ਨੂੰ ਕਰਨੇ ਚਾਹੀਦੇ ਆ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਟੈਕਸ ਘਟਾ ਸਕੀਏ, ਹੈਲਥ ਕੇਅਰ ਦੇ ਵਿੱਚ ਵਧੀਆ ਆਪਣੇ ਫੈਸਿਲਿਟੀਜ਼ ਹੋ ਸਕਣ, ਇਨਫਰਾਸਟ੍ਰਕਚਰ ਜਿਹੜੇ ਆਪਣੇ ਰੋਡਸ ਆ ਉਹਨਾਂ ਦੀ ਟ੍ਰੈਫਿਕ ਕੰਜੈਸ਼ਨ ਘੱਟ ਹੋ ਸਕੇ, ਇਹਨਾਂ ਚੀਜ਼ਾਂ 'ਤੇ ਬਹੁਤ ਆਪਣੀ ਜ਼ਰੂਰਤ ਹੈਗੀ ਹੈ। ਪਰ ਅਮਿਤ, ਤੁਸੀਂ ਬੋਰਨ ਵੀ ਇੱਥੋਂ ਦੇ ਹੋ, ਤੁਸੀਂ ਇੱਥੋਂ ਦੇ ਸਿਸਟਮ ਦੇ ਅੰਦਰ ਰਹੇ ਹੋ, ਪਲੇ ਹੋ, ਸਟੱਡੀ ਵੀ ਇੱਥੋਂ ਹੀ ਲਈ ਹੈ, ਆਮ ਤੌਰ 'ਤੇ ਪੁਰਾਣੇ ਸਮੇਂ ਦੀ ਗੱਲ ਕਰੀਏ, ਹੁਣ ਤਾਂ ਪੰਜਾਬੀਆਂ ਨੇ ਬੜੀ ਤਾਕ ਜਮਾਈ ਆ ਸਿਆਸਤ ਦੇ ਅੰਦਰ ਵੀ, ਕਿਤੇ ਨਾ ਕਿਤੇ ਬਤੌਰ ਸਿੱਖ ਜਿਸ ਤਰ੍ਹਾਂ ਦਾ ਪਹਿਰਾਵਾ, ਇਹਦੇ ਅੰਦਰ ਕਿਤੇ ਨਾ ਕਿਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਦੀ ਜ਼ਿੰਦਗੀ 'ਚ ਪ੍ਰਭਮੀਤ ਨੂੰ ਵੀ ਇਸ ਤਰੀਕੇ ਦਾ ਕੋਈ ਵਿਤਕਰਾ ਕਹਿ ਸਕਦੇ ਹਾਂ ਕਿ ਤੁਹਾਨੂੰ ਫੇਸ ਕਰਨਾ ਪਿਆ ਇੱਥੋਂ ਦੇ ਸਿਸਟਮ 'ਚ? ਮੈਂ ਜੀ ਥੋੜ੍ਹੀ ਜਿਹੀ ਆਪਣੇ ਬਾਰੇ ਵੀ, ਮੈਂ ਜਦੋਂ ਮੈਂ ਗਰੋ ਅਪ ਹੋਇਆ ਸੀ ਇੱਥੇ ਨਾ, ਅਸੀਂ ਔਰੰਜਵੈਲ ਰਹਿੰਦੇ ਹੁੰਦੇ ਸੀ, ਉਦੋਂ ਛੋਟਾ ਜਿਹਾ ਸ਼ਹਿਰ ਸੀ, ਅਸੀਂ ਮੈਂ ਸਿਰਫ ਉੱਥੇ ਸੀਗਾ ਆਪਣਾ ਦਸਤਾਰਧਾਰੀ ਸਿੱਖ, ਆਲ ਦਾ ਵੇ ਟੂ ਗ੍ਰੇਡ 8, ਪਹਿਲੀ ਗ੍ਰੇਡ ਤੋਂ ਲੈ ਕੇ 8ਵੀਂ ਗ੍ਰੇਡ ਤੱਕ ਮੈਂ ਗੱਲਾਂ ਹੀ ਉੱਥੇ ਸਿੱਖ ਸੀਗਾ। ਪਰ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦਾ ਇਸ ਚੀਜ਼ ਵਿੱਚ ਵੀ ਮੈਨੂੰ ਕਦੀ, ਮੈਂ ਹਜੇ ਤੱਕ ਕੋਈ ਚੇਤਾ ਨਹੀਂ ਰੱਖ ਸਕਦਾ ਆਪਣਾ ਵੀ ਜਿਹੜਾ ਮੈਨੂੰ ਕੋਈ ਇਹੋ ਜਿਹੀ ਮੁਸ਼ਕਲਾਂ ਆਵੇ। ਮੈਂ ਤਾਂ ਇਹੀ ਜ਼ਰੂਰ ਹਮੇਸ਼ਾ ਕਹਿੰਦਾ ਹੁੰਦਾ ਵੀ ਜਿੱਥੇ ਤੱਕ ਮੈਂ ਅੱਜ ਪਹੁੰਚਿਆ, ਮੈਂ ਆਪਣੀ ਦਸਤਾਰ ਕਰਕੇ ਪਹੁੰਚਿਆ ਜੀ, ਜਿੰਨੀ ਵੀ ਮੈਨੂੰ ਅੱਜ ਤੱਕ ਮੈਨੂੰ ਮਾਣ ਮਿਲਿਆ, ਚਾਹੇ ਜਦੋਂ ਮੈਂ ਆਪਣੀ ਯੂਨੋ ਲੋਇਰ ਦਾ ਕੰਮ ਕਰਦਾ ਵੀ ਸਭ ਤੋਂ ਵੱਡੀ ਕੈਨੇਡਾ ਦੀ ਲਾਅ ਫਰਮ ਦੇ ਵਿੱਚ ਇੱਕ ਕੰਮ ਕਰਦਾ, ਉਦੋਂ ਵੀ ਮੈਂ ਪਹਿਲਾਂ ਦਸਤਾਰ ਧਾਰੀ ਸਿੱਖ ਸੀ ਉੱਥੇ ਉਹਨਾਂ ਉਸ ਫਰਮ ਦੇ ਵਿੱਚ। ਜਦੋਂ ਅਸੀਂ ਪੋਲੀਟਿਕਸ ਵਿੱਚ ਗੱਲ ਕਰਦੇ ਹਾਂ, ਇਸ ਵਕਤ ਮੈਂ ਆਂਟਰੀਓ ਪੀ ਸੀ ਪਾਰਟੀ ਦਾ MLA ਸਿਰਫ ਇੱਕੋ ਹੀ ਆ ਜਿਹਦੀ ਉੱਤੇ ਦਸਤਾਰ ਆ ਜੀ। ਸੋ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦਾ ਅਤੇ ਇਸ ਕੈਨੇਡਾ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ, ਕਿਉਂਕਿ ਇੱਕ ਇਹੋ ਜਿਹਾ ਦੇਸ਼ ਆ ਜਿੱਥੇ ਆਪਣਾ ਧਰਮ ਵੀ, ਪੋਲੀਟਿਕਸ ਵੀ, ਤੁਸੀਂ ਸਭ ਕੁਛ ਕਰ ਸਕਦੇ ਹਾਂ ਬਿਨਾਂ ਕੋਈ, ਤੁਸੀਂ ਕਹਿ ਸਕਦੇ ਹਾਂ ਭੇਦਭਾਵ। ਹਾਂਜੀ, ਜਸਟਿਨ ਟਰੂਡੋ ਹੋਰਾਂ ਦੇ ਸਿੱਖਾਂ ਦੇ ਪ੍ਰਤੀ ਰਵੱਈਏ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਆਈ ਥਿੰਕ ਜੀ ਬਹੁਤ ਮਾਣ ਵਾਲੀ ਗੱਲ ਸੀ ਜੋ ਸਾਡੇ 4 ਮਿਨਿਸਟਰ ਬਣੇ ਹੈਗੇ ਆ, ਸੋ ਇਟਸ ਅ ਗੁੱਡ ਥਿੰਗ। ਬਟ ਆਪਾਂ ਨੂੰ ਇਹ ਜ਼ਰੂਰ ਵੇਖਣਾ ਚਾਹੀਦਾ ਵੀ ਕੈਨੇਡਾ ਦੀ ਕੰਟਰੀਬਿਊਸ਼ਨ, ਆਪਣੀ ਸਿੱਖਾਂ ਦੀ ਕੰਟਰੀਬਿਊਸ਼ਨ ਕੀ ਹੈਗਾ ਕੈਨੇਡਾ ਦੇ ਵਿੱਚ। ਅਤੇ ਜਦੋਂ ਅਸੀਂ ਵੇਖਦੇ ਹਾਂ ਵੀ ਆਪਣੀ ਕਮਿਊਨਿਟੀ ਇੰਨਾ ਜ਼ਿਆਦਾ ਅਸੀਂ ਇਸ ਦੇਸ਼ ਲਈ ਦਿੱਤਾ, ਅਸੀਂ ਵਰਲਡ ਵਾਰ 1 ਦੇ ਵਿੱਚ ਵੀ ਸ਼ਹੀਦੀਆਂ ਪਾਈਆਂ ਕੈਨੇਡਾ ਵਾਸਤੇ, ਵਰਲਡ ਵਾਰ 2 ਦੇ ਵਿੱਚ ਵੀ ਸਿੱਖਾਂ ਨੇ ਕੈਨੇਡਾ ਤੋਂ ਜਾ ਕੇ ਸ਼ਹੀਦੀਆਂ ਪਾਈਆਂ ਦੇਸ਼ ਲਈ। ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ, ਪੋਲੀਟਿਕਸ ਦੀ ਗੱਲ ਕਰਦੇ, ਬਿਜ਼ਨਸ ਦੀ ਗੱਲ ਕਰਦੇ ਹਾਂ, ਸਾਡੇ ਕਈ ਇਹੋ ਜਿਹੇ ਕੈਨੇਡਾ ਦੇ ਵਿੱਚ ਸਿੱਖ ਲੱਭਦੇ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਇਸ ਦੇਸ਼ ਨੂੰ ਕੀਤੀ ਆ। ਅਤੇ ਸੋ ਆਈ ਥਿੰਕ ਐਟ ਦੀ ਐਂਡ ਆਫ ਦਾ ਡੇ ਅਸੀਂ ਸਾਰੇ ਕੈਨੇਡੀਅਨਸ ਹਾਂ, ਸਾਰੇ ਕੈਨੇਡੀਅਨ ਦੇ ਵਿੱਚ ਅਸੀਂ ਬਹੁਤ ਵੱਡਾ ਸਿੱਖਾਂ ਦਾ ਹਿੱਸਾ ਹੈਗਾ ਜੀ। ਅਤੇ ਬਹੁਤ ਮਾਣ ਵਾਲੀ ਗੱਲ ਆ ਵੀ ਅਸੀਂ ਇਸ ਕੈਨੇਡਾ ਦੇ ਵਿੱਚ ਰਹਿ ਕੇ ਕੰਟਰੀਬਿਊਸ਼ਨ ਕਰ ਸਕਦੇ ਹਾਂ। ਜਗਬਾਣੀ ਨਾਲ ਗੱਲਬਾਤ ਕਰਨ ਲਈ ਪ੍ਰਭਮੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ, ਅਤੇ ਜੀ ਆਇਆਂ ਨੂੰ ਜ਼ਰੂਰ ਅਸੀਂ ਆਸ ਰੱਖਦੇ ਫਿਰ ਵੀ ਤੁਸੀਂ ਵਾਪਸ ਆ ਕੇ ਇੱਥੇ ਸਾਡੇ ਨਾਲ ਪੇਸ਼ ਹੋਗੇ ਜੀ। ਥੈਂਕ ਯੂ। ਤਾਂ ਇਹ ਸਨ ਪ੍ਰਭਮੀਤ ਸਿੰਘ ਸਰਕਾਰੀਆ, ਜਿਹੜੇ ਕਿ ਬ੍ਰੈਂਪਟਨ ਸਾਊਥ ਤੋਂ MPP ਬਣੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦਾ ਕੈਨੇਡਾ ਵਰਗੇ ਦੇਸ਼ ਨੂੰ ਇੱਕ ਵੱਡਾ ਕੰਟਰੀਬਿਊਸ਼ਨ ਹੈਗਾ ਇੱਥੋਂ ਦੇ ਕਹਿ ਸਕਦੇ ਡਿਵੈਲਪਮੈਂਟ ਦੇ ਅੰਦਰ। ਖਾਸ ਤੌਰ 'ਤੇ ਇਹੀ ਕਾਰਨ ਹੈ ਕਿ ਅੱਜ ਇਹ ਮੁਲਕ ਸਿੱਖਾਂ ਨੂੰ ਪੇ ਕਰ ਰਿਹਾ। ਬ੍ਰੈਂਪਟਨ ਸਾਊਥ ਨੂੰ ਲੈ ਕੇ ਉਹਨਾਂ ਦੇ ਬਹੁਤ ਸਾਰੇ ਟੀਚੇ ਨੇ, ਬਹੁਤ ਸਾਰੇ ਗੋਲਸ ਨੇ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਉਹ ਅਚੀਵ ਕਰਨਗੇ। ਆਪਣੇ ਸਹਿਯੋਗੀ ਨਰੇਸ਼ ਅਰੋੜਾ ਦੇ ਨਾਲ ਰਮਨਦੀਪ ਸਿੰਘ ਸੋਢੀ, ਜਗਬਾਣੀ TV, ਬ੍ਰੈਂਪਟਨ।